ਅਸਲਾਮੁਅਲੈਕਮ ਜੀ ਜੀ ਭਾਈ ਕੀ ਹਾਲ ਹੈ ਠੀਕ ਹੋ ਅੱਛਾ ਅੱਜ ਤੁਹਾਨੂੰ ਮੱਕੀ ਦੇ ਬਾਰੇ ਦੱਸ ਰਹੇ ਹਾਂ ਇਹ 626 ਬੀਜ ਹੈ ਸੋਹਣੀ ਧਰਤੀ ਵਾਲਿਆਂ ਦਾ ਅੱਜ ਮੈਂ ਦੀ ਬਿਜਾਈ ਕਰ ਰਹੀ ਹਾਂ ਸੀ ਤੇ ਬੀਜ ਮਾਸ਼ਾਅੱਲਾ ਬਹੁਤ ਜ਼ਬਰਦਸਤ ਹੈ ਸੀ ਇਹ ਦੇਖੋ ਮੋਟਾ ਇਹਦਾ ਵਜ਼ਨ ਹੈ 12 ਕਿਲੋ ਮੋਟੜਾ ਹੈ ਔਰ 35000 ਇਹਦਾ ਦਾਣਾ ਹੁੰਦਾ ਹੈ ਟੋਟਲ ਇਹਦੇ ਵਿੱਚ ਸੀ ਮਾਸ਼ਾਅੱਲਾ ਦਾਣਾ ਬਹੁਤ ਜ਼ਬਰਦਸਤ ਕਿਸਮ ਦਾ ਹੈ ਸੀ ਜੀ ਤੇ ਮੈਂ ਆਖਾ ਚਲੋ ਅੱਜ ਤੱਕ ਇਹ 1 ਏਕੜ ਦੀਆਂ ਖੇਲਾਂ ਬਣਾਈਆਂ ਹਨ ਜੀ तकरीबन 60 ਐਸੀ। ਔਰ ਪਹਿਲੇ 10 12 ਖੇਲਾਂ 12 15 20 ਖੇਲਾਂ ਨੂੰ ਮੰਨ ਦਿੱਤਾ ਉਹਨਾਂ ਨੂੰ ਪਹਿਲੇ ਪਾਣੀ ਨਾਲ ਭਰਾ ਦਿੱਤਾ ਤੇ ਫਿਰ ਲੇਬਰ ਨੂੰ ਛਾ ਉਹਦੇ ਲਾਤਾ ਸੀ ਤੇ ਉਹਨਾਂ ਨੇ ਸਭ ਬੀਜ ਲਾਉਣਾ ਸ਼ੁਰੂ ਕਰ ਦਿੰਦੇ ਸੀ। ਇਹ ਇੰਦੀ ਤਕਨੀਕ ਹੈ ਜਿਹੜੀ ਮੈਂ ਇੰਦੀ ਅਪਣਾਈ ਐ ਸੀ। ਤੇ ਇਸ ਤਰੀਕੇ 10 12 ਲਾਤੇ ਤੇ ਉਹਨਾਂ ਨੇ ਇਹਦੀ ਲਾਉਣਾ ਲੇਪਣ ਸ਼ੁਰੂ ਕਰ ਦਿੰਦੀ ਸੀ। ਆ ਵੇਖੋ ਜੀ ਇਹ ਸੱਤ ਤੱਕ ਪਾਣੀ ਲਾਉਣਾ ਇਹ ਵਾਤਰ ਦੇ ਉੱਤੇ ਬਿਲਕੁਲ ਐਨ ਜਿੱਥੇ ਉੱਤੇ ਕਰਦੇ ਵਾਤਰ ਆ ਗਏ ਇਹਦੇ ਉੱਤੇ ਬੀਜ ਲਾਉਣੇ ਸੀ ਇਹ ਵੇਖੋ ਐਡੀ ਖੇਲੀ ਬਣੀ ਹੋਈ ਏ ਸੀ ਇਹ ਸਾਈਜ਼ ਹੈ ਪਾਣੀ ਨਾਲ ਬਰਾ ਦਿੱਤੀ ਇਹਦੇ ਤੇ ਬੀਜ ਲਾਉਣਾ ਸ਼ੁਰੂ ਕਰ ਦਿੱਤਾ ਜੀ ਇਹਦੇ ਉੱਤੇ ਇਹਦੇ ਉੱਤੇ ਵਾਤਰ ਆਏ ਸੀ ਬੀਜ ਲਾਇਆ ਜਾਂਦਾ ਹੈ ਵਾਤਰ ਤੇ ਜਿੱਥੇ ਸੀਪੇਜ ਪਹੁੰਚੇ ਸੀ ਤੇ ਇਸ ਲਈ ਪਹਿਲੇ ਪਾਣੀ ਲਾਤੀ ਇਹਦੇ ਉੱਤੇ ਬੀਜ ਲਾਉਣਾ ਇਸ ਤੋਂ ਬਾਅਦ ਇਹ ਹਾਂਜੀ ਇਹਦੇ ਤੇ ਸੀਪੇਜ ਆ ਜਾਂਦੀ ਹੈ ਜੀ ਇਹ ਲੇਬਰ ਲਾ ਰਹੀ ਏ ਸੀ ਇਹ ਮੈਨੂੰ ਖਾਂਦੀ ਖਾਰੀਆਂ ਹਾਂ ਇਹ ਖੇੜਾਂ ਦਾ ਸਾਈਜ਼ ਹੈ ਇਹ ਦੇਖ ਰਹੇ ਨੇ ਜੀ ਹਾਂ ਜੀ ਇਹ ਖੇੜਾਂ ਦਾ ਸਾਈਜ਼ ਹੈ ਜੀ ਇੱਥੇ ਹੁਣ ਤੁਹਾਨੂੰ ਮੈਂ ਵਿਖਾਵਾਂਗਾ ਕਿਤਨੇ ਕਿਤਨੇ ਫਾਸਲੇ ਤੇ ਬੀਜ ਆ ਵੀ ਲਾ ਰਹੇ ਨੇ ਇਹ ਉੱਤੇ ਸੀ ਪੇਜ ਦੇ ਬਿਲਕੁਲ ਇਹਨਾਂ ਉੱਤੇ ਇਹ ਫਾਸਲਾ ਹੈ ਜੀ 5 ਤੋਂ 6 ਇੰਚ ਦਾ ਸਿਰੇ ਪੈ ਰਹੀ ਐ ਸੀ ਲਿਬਰ ਨੂੰ ਆਖਿਆ ਵੀ 5 6 7 ਇੰਚ ਦਾ ਫਾਸਲਾ ਰੱਖਿਆ ਤਾਂ ਉਹਨਾਂ ਨੇ ਜ਼ਿਆਦਾ ਕਰਤਾ ਫਿਰ ਉਹਨਾਂ ਨੂੰ ਆਖਿਆ ਤੁਸੀਂ 4 ਇੰਚ ਦਾ ਫਾਸਲਾ ਰੱਖੋ 4 ਇੰਚ ਦੇ ਫਾਸਲੇ ਤੇ ਇਹ ਵੇਖ ਲਓ ਤੁਹਾਨੂੰ ਕਰੀਬ ਤੋਂ ਦਿਖਾ ਰਹੇ ਹਾਂ ਸੀ ਇੱਥੇ ਤੇ ਬੀਜ ਇੱਕ ਇੱਕ ਦਾਣਾ ਲਾ ਰਹੇ ਹਾਂ ਸੀ ਇਹ ਖੇੜਨ ਸੀ ਕਿ ਲੇਬਰ ਆ ਰਹੀ ਹੈ ਜੀ ਇਹ ਵੇਖੋ ਛੋਟੀ ਜੀ ਇਹ ਵੀਡੀਓ ਐਸੀ ਤੁਹਾਨੂੰ ਬਣਾ ਤੇ ਮੈਂ ਕਿਹਾ ਚਲੋ ਸੈਂਡ ਕਰ ਦਈਏ ਜੀ ਸਾਹਮਣੇ ਤੇ ਵੇਖੋ ਜੀ ਆ ਖੇੜਨ ਇਹ ਵੀ ਖੇੜਮ ਬਣਾਤੀਆਂ ਪਹਿਲੇ ਇਹਨਾਂ ਨੂੰ ਪਾਣੀ ਲਾਤੇ ਫਿਰ ਅੱਗੇ ਸ਼ੁਰੂ ਕੀਤਾ ਸੀ ਆ ਸਾਹਮਣੇ ਵੇਖੋ ਜੀ ਇਹ ਫਾਸਲੇ ਤੇ ਲਾ ਰਹੀ ਐ ਸੀ माशाल्लाह ये जी जल्दी इन एवरेज बहुत अच्छी है बड़ी जबरदस्त एवरेज दी है और ये सर्दिया जा तो होगी ये मक्की उत्ते मक्की लावे इस पहले इन्हें दहान हाया लगे दान की कटाई करते इस टाइम असी मक्की ला रहे हैं सी इन शाला बड़ी कामयाब है साढ़े इलाके च लग रही है और ला रहे हैं सी हाँ जी अगर कितना तक सीपेज पहुँच गई है अस ए उत्ते उत्ते अज तक लाग रही है बीज ਇਹ ਇਹ ਸਾਹਮਣੇ ਹੈ ਜੀ ਇਹ ਦੇਖੋ ਇਹ ਮੱਕੀ ਦਾ ਬੀਜ ਹੈ ਜੀ ਆ ਸਾਹਮਣੇ ਤੁਹਾਨੂੰ ਵਿਖਾ ਰਹੇ ਆਂ ਫਿਰ ਦੁਬਾਰਾ ਥੈਲੀ ਆਹ ਦੇਖੋ 626 ਸੋਹਣੀ ਧਰਤੀ ਦਾ ਇਹ ਦੋ ਕਿਸਮ ਦਾ ਬੀਜ ਹੈ ਇੱਕ ਇੰਪੋਰਟਡ ਹੈ 12 ਕਿਲੋ ਦਾ ਵਜ਼ਨ ਹੈ ਇੱਕ ਇਸ 9.5 ਕਿਲੋ ਦਾ ਵਜ਼ਨ ਹੈ ਬੀਜ ਇੱਕ